तो फाइनली गाइस असि फिर तो आ चुके यूट्यूब ते। लाइक काफी टाइम दा गैप पै चुका सीगा साडा, हद 15 तो 20 दिन दा गैप पै चुका सीगा। ते असि मतलब कि इन्नी सानू ऐ लग रहा सीगा कि सी 15 20 सदी पिछे चल चुके, मतलब कि इन्ना ज्यादा वेलकम गैप बैक लग टू आवर न्यू चैनल। हां आवर चैनल हो रही है लाइक न्यू निशा फतेह। सही गल है यार। ते बाकी होप्स तो सारे ने वधिया होंगे, ते असि भी बहुत वधिया वा हुण तक। ते आपां इक फिर तो नवे नवे काम शुरू करदे करन लगे आ। ठीक है, ਜਿਹੜਾ ਗੈਪ ਪਿਆ ਸੀਗਾ ਉਹ ਕਿਸੇ ਪਰਸਨਲ ਰੀਜ਼ਨ ਕਰਕੇ ਪੈ ਗਿਆ ਸੀਗਾ, ਬਟ ਹੁਣ ਆਪਾਂ ਗੈਪ ਗੁੱਪ ਨਹੀਂ ਪਾਵਾਂਗੇ। ਬਾਕੀ ਯਾਰ ਗਰਮੀ ਵੀ ਬਾਹਰ ਹਨਾ ਬਹੁਤ ਜ਼ਿਆਦਾ ਸੀ, ਤਾਂ ਕਰਕੇ ਫਿਰ ਨਹੀਂ ਦਿਲ ਕੀਤਾ ਜਾਣ ਦਾ, ਬਾਕੀ ਕੰਮ ਹੋਰ ਵੀ ਬਹੁਤ ਸੀਗੇ। ਤੇ ਬਟ ਫਾਈਨਲੀ ਹੁਣ ਆਪਾਂ ਆ ਚੁੱਕੇ ਹਾਂ ਵਾਪਸ YouTube ਤੇ ਹਨਾ, ਤੇ ਆ ਆਪਣੀ ਵੀਡੀਓ ਹੁਣ ਤੱਕ ਤੁਸੀਂ ਦੇਖ ਲਈ ਹੋਣੀ ਆ। ਇਹਨੂੰ ਅਸੀਂ ਇਹਦਾ ਦੱਸੀ ਮਤਲਬ ਇਹਨੂੰ ਕਿੰਨੇ ਵਾਰ ਐਕਸਪੋਰਟ ਕੀਤਾ ਆਪਾਂ? ਇਹਨੂੰ ਅਸੀਂ ਘੱਟੋ ਘੱਟ 5 ਵਾਰ ਐਕਸਪੋਰਟ ਕੀਤਾ, ਅੱਜ 5ਵੀਂ ਵਾਰ ਐਕਸਪੋਰਟ ਕਰਨ ਲੱਗੇ ਆ। ਕੱਲ ਦੇ ਲੱਗੇ ਪਏ ਐਕਸਪੋਰਟਿੰਗ ਐਕਸਪੋਰਟਿੰਗ ਨਹੀਂ, ਅੱਜ ਕਦੇ ਕਰਦੇ ਪਏ ਆਪਾਂ, ਪਾ ਚੁੱਕੇ ਆ ਇਹ। ਆਹੋ ਨਹੀਂ ਹੁਣ ਐਸ ਅ ਹੁਣ ਪ੍ਰੈਜ਼ੈਂਟ ਦੀ ਗੱਲ ਕਰਦਾ ਪਿਆ ਹਨਾ, ਉਦੋਂ ਤਾਂ ਮਤਲਬ ਕਿ ਇਹਨੂੰ ਅਸੀਂ ਕੱਲ ਤੇ ਕਰਦੇ ਪਏ ਆ ਐਕਸਪੋਰਟ। ਮਤਲਬ ਕਦੇ ਕੀ ਰਹਿ ਜਾਂਦਾ ਸੀ, ਕਦੇ ਨੇਮ ਲਿਖਣ ਵਾਲਾ, ਕਦੇ ਡਿਸਕ੍ਰਿਪਸ਼ਨ, ਕਦੇ ਕੀ, ਸਾਰਾ ਕੁਝ ਰਹਿ ਜਾਂਦਾ ਸੀਗਾ। ਤੇ ਹੁਣ ਫਿਰ ਅਸੀਂ ਬਾਰ ਬਾਰ ਕਰ ਚੁੱਕੇ, ਮਤਲਬ ਕਿ ਪਾਗਲ ਹੋ ਚੁੱਕੇ ਆ। ਮਤਲਬ ਕਿ ਸਾਨੂੰ ਇਹ ਆ, ਮਤਲਬ ਕਿ ਇੱਕ ਤਰ੍ਹਾਂ ਦਾ ਵੀ ਸਾਨੂੰ ਪਨਿਸ਼ਮੈਂਟ ਦੇ ਰਿਹਾ ਵੀ ਹਾਂ ਤੁਸੀਂ ਇੰਨੇ ਟਾਈਮ ਬਾਅਦ ਕਿਉਂ ਆਏ ਹੋ, ਪਹਿਲੇ ਸਜ਼ਾ ਲਓ ਤੁਸੀਂ ਆਪਦੀ। ਇਹਨੇ ਵੀਡੀਓ ਤੇ ਬਾਕੀ ਕੰਮ ਬਾਅਦ ਚੋਂ ਕਰਾਂਗੇ। ਤੇ ਚਲੋ ਯਾਰ, ਬਾਕੀ ਮੇਨ ਗੱਲ ਹੈ ਨਾ ਜਿਹਦੇ ਲਈ ਆਪਾਂ ਵਲੌਗ ਦੀ ਸਟਾਰਟਿੰਗ ਕੀਤੀ ਆ, ਉਹ ਆਪਣੇ ਵੀ YouTube ਤੇ ਆਪਣੇ ਓਵਰਆਲ ਮਤਲਬ ਲੱਖ ਵਿਊਜ਼ ਹੋ ਚੁੱਕਿਆ, ਸਾਡੇ ਲਈ ਬਹੁਤ ਵੱਡੀ ਗੱਲ ਆ। ਓਵਰਆਲ ਹੋਏ ਆ ਬਟ ਸਾਡੇ ਲਈ ਬਹੁਤ ਵੱਡੀ ਗੱਲ ਆ ਯਾਰ। ਬਹੁਤ ਵੱਡੀ ਗੱਲ ਆ, ਸਹੀ ਕਿਹਾ ਇੱਕ ਹਨਾ। ਮਤਲਬ ਅਸੀਂ ਕਦੇ ਸੋਚਦੇ ਸੀਗੇ ਵੀ ਯਾਰ 10,000 ਹੋ ਗਏ ਨਾ, ਜਦੋਂ ਸਾਡੇ ਲਾਈਕ ਉਦੋਂ ਅਸੀਂ ਵਧੀਆ ਵਧੀਆ ਮੰਨਦੇ ਹੁੰਦੇ ਸੀਗੇ ਵੀ ਯਾਰ ਵਾਹ, ਬਸ ਸਾਡੇ ਉੱਤੇ ਕੋਈ ਹੈ ਹੀ ਨਹੀਂ, ਹੁਣ ਲੱਖ ਹੋ ਗਏ ਲੱਗਦਾ ਵੀ ਆ ਹੁਣ ਵੀ ਐ ਨਹੀਂ। ਉਹ ਪਹਿਲੇ 5 ਅੱਖਰ ਦੇ ਕੇ ਸਾਨੂੰ ਵਧੀਆ ਲੱਗਦਾ ਸੀਗਾ, ਹੁਣ 5 ਅੱਖਰਾਂ ਤੋਂ ਵੱਧ ਅੱਖਰ ਦੇਖਣ ਨੂੰ ਮਿਲਦੇ ਪਏ ਆ ਉੱਤੇ ਹਨਾ। ਤੇ ਬਾਕੀ ਇੱਕ ਰੀਲ ਵੀ ਹੈ ਨਾ ਆਪਣੀ ਜਿਹੜੀ, ਉਹ ਵਾਇਰਲ ਹੋ ਜਾਣਾ। ਹਾਂ, 2 ਰੀਲਸ ਵਾਇਰਲ ਹੋਈ, ਉਹਨਾਂ ਨੂੰ ਵੀ ਲੱਖ ਲੱਖ ਵਿਊ ਆ ਗਿਆ ਯਾਰ। ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ, ਮੈਂ ਲਾਈਕ ਸਾਡੇ ਵਰਗੇ ਨੋਰਮਲ ਜੇ ਹਨਾ ਜਦੋਂ ਇਦਾਂ ਦਾ ਵਿਊਜ਼ ਹੁੰਦਾ, ਮਤਲਬ ਬਹੁਤ ਵਧੀਆ ਲੱਗਦਾ। ਬਾਕੀ ਕੋਈ ਨਹੀਂ, ਬਾਕੀ ਤੁਸੀਂ ਸਾਨੂੰ ਸਪੋਰਟ ਕਰੋ ਯਾਰ, ਹੁਣ ਮਤਲਬ ਕਿ ਵਧੀਆ ਵਧੀਆ ਜਿਹੇ ਘੈਂਟ ਘੈਂਟ ਜਿਹੇ ਪ੍ਰੋਜੈਕਟ ਆ ਰਹੇ ਨੇ। ਠੀਕ ਹੈ, ਤੇ ਬਾਕੀ ਇੰਨਾ ਟਾਈਮ ਜਿਹੜਾ ਗੈਪ ਪਿਆ ਵਾ ਉਹਦੇ ਲਈ ਉਹ ਆਪਾਂ ਬਹੁਤ ਜਲਦੀ ਕਲੀਅਰ ਕਰ ਲਾਂਗੇ, ਕਲੀਅਰ ਕਰ ਦਾਂਗੇ ਸਾਰਾ ਗੈਪ। ਡੇਲੀ ਡੇਲੀ ਤਾਂ ਮੈਂ ਪ੍ਰੋਮਿਸ ਤਾਂ ਨਹੀਂ, ਮਤਲਬ ਕਿ ਕੋਸ਼ਿਸ਼ ਕਰਾਂਗੇ ਵੀ ਡੇਲੀ ਵਲੌਗ ਆਵੇ, ਨਹੀਂ ਇੱਕ ਦਿਨ ਬਾਅਦ ਤਾਂ ਆਊਗਾ ਹੀ ਆਊਗਾ ਪੱਕਾ, ਇੱਕ ਦਿਨ ਚ 2 ਵੀ ਆ ਸਕਦੇ ਆ ਹਨਾ, ਉਹ ਤਾਂ ਆਪਣੀ ਹਿੰਮਤ ਆ, ਹਿੰਮਤ ਆ, ਸਹੀ ਕਹਿ ਸਾਡੀ। ਤਾਂ ਗਾਇਸ ਆਹ ਦੇਖੋ ਸਵੇਰ ਦਾ ਟਾਈਮ, ਦੇਖੋ 10:20 ਮਿੰਟ ਹੋ ਚੁੱਕਿਆ ਤੇ ਮਹਾਰਾਜ ਜੀ ਹਲੇ ਕੀ ਕਰ ਰਹੇ ਆ, ਕ੍ਰੈਪਸ ਖਾ ਰਹੇ ਆ। ਲੈ ਜਿਵੇਂ ਉਹ ਕਰਦਾ ਨਾ ਪ੍ਰੋਮੋਸ਼ਨ ਕਰਦਾ ਨਾ ਇਹਦੀ, ਸਹੀ ਗੱਲ ਆ। ਲੈ ਇਹਨਾਂ ਨੇ ਆਪਾਂ ਨੂੰ ਕੱਲੂ ਪੈਸੇ ਦਿੱਤੇ, ਆਪਾਂ ਇਹਨਾਂ ਦੀ ਪ੍ਰੋਮੋਸ਼ਨ ਕਰ ਦਾਂਗੇ। ਸਵੇਰ ਸਵੇਰ ਬੰਦਾ ਨਾਸ਼ਤਾ ਕਰਦਾ ਹੁੰਦਾ ਕਿ ਅੱਜ ਇਹ ਹੀ ਉਹ ਕ੍ਰੈਕਸ ਸਭ ਤੋਂ ਵਧੀਆ ਦੁਨੀਆ ਦੇ ਮਸ਼ਹੂਰ ਫਤਿਹ ਕੋਲ ਆਏ ਹੋਏ ਆ ਜਿਹੜੇ ਕਿ ਠੀਕ ਆ। ਖਾਣਾ ਮੈਂ ਆ ਬਟ ਇਹ ਖਾਂਦਾ ਨਹੀਂ। ਕਿਉਂ ਨਹੀਂ ਖਾਂਦਾ ਯਾਰ? ਮੈਂ ਦੱਸਣਾ ਭੁੱਲ ਗਿਆ, ਆਪਣੇ YouTube ਤੇ ਲੱਖ ਵਿਊ ਨਹੀਂ ਹੋਏ, 1,10,000 ਹੋ ਗਏ, ਸਿਰਫ 200 ਵਿਊ ਘੱਟ ਆ। ਉਹ 200 ਵਿਊ ਆ ਵੀਡੀਓ ਨੇ ਕਵਰ ਕਰ ਹੀ ਲਏ ਆ ਜਾਣਗੇ। ਹਾਂ ਉਹ ਪੋਜ਼ਿਟਿਵ ਰਿਹਾ ਕਰੋ ਯਾਰ, ਉਹ ਪੋਜ਼ਿਟਿਵ ਰਿਹਾ ਕਰੋ, ਸਹੀ ਗਿਆ। ਜਲਦੀ ਜਲਦੀ 2 ਲੱਖ ਵੀ ਹੋ ਜਾਣਾ ਨਾ। ਤੇ ਬਾਕੀ ਸ਼ਾਇਦ ਨਹੀਂ, ਕੋਈ ਜੈ ਸਪੀਕਰ ਆ ਚੁੱਕਾ, ਇਹ ਆਇਆ ਸੀਗਾ ਪਹਿਲੇ ਵੀਡੀਓ 'ਚ ਕਿ ਨਹੀਂ? ਇਹ ਸੀ ਨਵਾਂ ਸਪੀਕਰ ਤਾਂ ਨਹੀਂ, ਉੱਪਰ ਪਿਆ ਸੀ ਸਪੀਕਰ, ਲੈ ਸਾਨੂੰ ਵੀਡੀਓ ਵਗੈਰਾ ਚੋਖਾ ਲੱਗਦਾ ਸੀਗਾ ਸੁਣਨਾ, ਐਡੀਟਿੰਗ ਕਰਨ ਨੂੰ ਇਧਰ ਨੂੰ ਮੂੰਹ ਕਰਕੇ ਇਹਦਾ ਫਿਰ ਇਹਦੀ ਆਵਾਜ਼ ਆਉਂਦੀ ਰਹਿੰਦੀ ਆ। ਹਾਂ ਅਸੀਂ ਫਿਰ ਸੁਣਦੇ ਆ। ਹਾਂ ਤੇ ਮੈਂ ਤੁਹਾਨੂੰ ਇੱਕ ਚੀਜ਼ ਵੀ ਦਿਖਾਉਣਾ ਵਾ, ਹਾਂ ਦੇਖੋ ਇਹਦੇ ਨਾਲ ਉਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਤੂੰ ਸਿਖਾਈ ਸੀਗੀ। ਇਦਾਂ ਇਹਨਾਂ 'ਚ ਫੋਨ ਰੱਖਿਆ ਜਾਂਦਾ, ਇਹ 'ਚ ਨਾਲੇ ਕੋਈ ਮੂਵੀਜ਼ ਦੇਖ ਲਓ ਇਦਾਂ ਹਨਾ, ਹਨਾ ਤੇ ਨਾਲੇ ਇੱਥੋਂ ਦੀ ਆਵਾਜ਼ ਸਪੀਕਰ ਦੇ ਵਰੇ ਆਵਾਜ਼ ਵਗੈਰਾ ਆਉਂਦੀ ਰਹਿੰਦੀ ਆ ਹਨਾ, ਮਗਰੋਂ ਵਧੀਆ ਲੱਗਦਾ ਵਾ। ਨਾ ਇਧਰ ਨੂੰ ਡੱਕਦਾ ਨਾ ਇਧਰ ਨੂੰ, ਬਸ ਆ ਪੁੱਠਾ ਨਾ ਕਰ ਦਿਓ, ਇਧਰ ਨੂੰ ਪੁੱਠਾ ਨਾ ਮਤ ਕਰ ਦਿਓ, ਸਹੀ ਕੀ ਵਧੀਆ ਹਨਾ। ਤੇ ਬਾਕੀ ਸਾਡਾ ਸਟੂਡੀਓ ਬਹੁਤ ਜ਼ਿਆਦਾ ਸਾਫ਼ ਹੋ ਚੁੱਕਿਆ ਵਾ, ਬਿਕੋਜ਼ ਸਾਫ਼ ਹੋ ਚੁੱਕਿਆ ਅੱਜ, ਚਾਰਾ ਕੇ ਹਟੇ ਆ, ਸਹੀ ਗੱਲ ਆ, ਪੁੱਤ ਲਾ ਕੇ ਹਟੇ ਆ। ਉਹ ਸੱਚ ਆਪਾਂ ਇਦੋਂ ਵਕਤ ਦੱਸੇ ਨਹੀਂ ਕਿ ਸਾਡੀ ਰਿੰਗ ਲਾਈਟ ਜਿਹੜੀ ਸੈੱਟ ਹੋ ਗਈ ਸੀ ਹਨਾ, ਇਦੋਂ ਚ ਕੋ ਵਲੌਗ ਨਹੀਂ ਬਣਾਇਆ, ਵਲੌਗ ਨਹੀਂ ਬਣਾਇਆ, ਨਹੀਂ ਤਾਂ ਕਿੰਨਾ ਟਾਈਮ ਹੋ ਚੁੱਕਿਆ ਹਿਸਾਬ ਨਾਲ ਆਪਾਂ ਨੂੰ। ਫਾਈਨਲੀ ਗਾਇਸ ਸਾਨੂੰ ਲੁਧਿਆਣੇ ਜਾ ਕੇ ਕਰਾਣੀ ਪਈ ਸੈੱਟ, ਐਵੇਂ ਨਹੀਂ ਸੈੱਟ ਹੋਈ, ਇਹ ਵੀ ਬਹੁਤ ਜਿੱਦੀ ਸੀਗੀ। ਸਾਨੂੰ ਤਾਂ ਲੱਗਿਆ ਸੀਗਾ ਯਾਰ ਵੀ ਕਦੇ ਇੱਥੇ ਸੈੱਟ ਹੋ ਜੂਗੀ ਹਨਾ, ਬਟ ਇੱਥੇ ਨਹੀਂ ਸੈੱਟ ਹੋਈ, ਤਾਂ ਫਿਰ ਤਾਂ ਕਰਕੇ ਆਪਾਂ ਹੁਣ ਰਿੰਗ ਲਾਈਟ ਲੁਧਿਆਣੇ ਜਾ ਕੇ ਠੀਕ ਕਰਵਾ ਕੇ ਲੈ ਕੇ ਆਏ ਆ। ਉਹ ਬਾਈ ਨੇ ਵੀ ਤੁਹਾਨੂੰ ਡਰਾਤਾ ਹੋ ਗਈ ਹਨਾ ਸੈੱਟ ਯਾਰ, ਉਹ ਬਾਈ ਨੇ ਵੀ ਸੱਚ ਡਰਾਤਾ, ਉਹਨੇ ਖੋਲਣ ਦੇ ਕਾਫੀ ਪੈਸੇ ਲੈ ਲਏ ਸੀਗੇ, ਕਹਿੰਦਾ ਖੋਲਣ ਦੇ ਇੰਨੇ ਪੈਸੇ ਲੱਗਣੇ ਆ ਨਾ। ਸੈਟਿੰਗ ਕੀ ਸੀਗੀ, ਇੱਕ ਵਾਇਰ ਉਹਨੇ ਲਾਈ, ਇਹ ਦੋ ਚ ਦੁਬਾਰਾ ਲਗਾਤੀ, ਸੈੱਟ ਹੋ ਗਈ। ਲੈ ਮੈਂ ਕਹਿੰਦੀ ਮੇਰੇ ਕੋਲ ਇੰਨੇ ਹੁੰਦੇ ਨਾ ਮੈਂ ਖੋਲ ਕੇ ਲਾ ਦਿੰਦੀ ਸੀ। ਸਹੀ ਗੱਲ ਆ, ਸਾਡੇ ਕੋਲੇ ਉਹ ਹੈ ਨਹੀਂ ਜਗ੍ਹਾ ਪੇਚਕਸ ਦਾ ਜਿਹੜਾ ਉਹਨਾਂ ਕੋਲੇ ਹੁੰਦਾ, ਉਹ ਕਾਰਬਨ ਨੂੰ ਉਹ ਕਰਨ ਵਾਲਾ ਹਨਾ, ਕਾਰਬਨ ਹੁੰਦੀ ਹੈ ਕਿ ਪਿਘਲ ਜਾਂਦੀ ਆ ਉੱਚ ਨਾ, ਪਿਘਲ ਜਾਂਦਾ ਉਹਦੇ ਚ, ਲਾਈਕ ਤੁਹਾਨੂੰ ਪਤਾ ਹੈ ਜਿਹੜੇ ਟੰਕਾ ਹੁੰਦਾ ਨਾ, ਇਹ ਤਾਂ ਲਾਉਣ ਵਾਲਾ ਉਹ ਵਾਲਾ ਸੈੱਟ ਕਰਕੇ ਉਹਨਾਂ ਟਾਂਕਾ ਲੱਗ ਜਾਂਦਾ ਹੁੰਦਾ, ਤੇ ਫਿਰ ਉਹਨੇ ਸੈੱਟ ਕਰਕੇ ਸਾਨੂੰ ਦੇਦਾ ਸੀਗਾ। ਜਦੋਂ ਮੈਂ ਬੰਦੇ ਨੂੰ ਕਿਹਾ ਵੀ ਹੈ ਨਾ ਆਪਾਂ ਵੀਡੀਓ ਬਣਾਉਂਦੇ ਹਾਂ ਵਲੌਗ ਦੀ ਐਂਡਿੰਗ ਵਗੈਰਾ ਕਰ ਦਿੰਦੇ, ਕਹਿੰਦਾ ਮੈਂ ਫਟਾਫਟ ਰਿੰਗ ਲਾਈਟ ਲਾਇਆ, ਉਹ ਕਾਲਾ ਲੱਗੂਗਾ, ਅੱਜ ਕਾਲੇ ਕਾਲੇ ਕੱਪੜੇ ਪਾਏ ਨਾ ਤਾਂ ਕਰਕੇ, ਕਿ ਨਹੀਂ? ਸਹੀ ਗੱਲ ਆ ਯਾਰ, ਇੱਧਰ ਮੂੰਹ
बाकी यार मैं तुम मेन गल नहीं भूल गया ना, मतलब अभी सुबह से ब्लॉगिंग करने लगे हुए थे, हम टाइम देख लो कितना हो गया। तो दूसरी गल भाई अपने फाइनल या वीडियो आ चुकी काफी टाइम बाद, देखो भाई थंबनेल ने मैं कि लाजवाब थंबनेल है दा, कितना सोहना लग रहा है भाई। सब तो सानू सब तो बेस्ट थंबनेल आ सकदा ये लग गया है ना। ते बाकी यार पहली बार यार डबल रोल किया वा, मतलब वीडियो च सानू तो यकीन ही नहीं होया, जो मैं पहली बार किया मैंने तो समझ गया कि अपना पहली बार डबल रोल वाला वीडियो आऊगा, कहना है अपने तो इतनी वीडियोस आ चुकी है डबल रोल नहीं है। मैं क्या ऐसा करी डबल रोल नहीं किया, पहली बार किया पुराने चैनल का तो पता नहीं, बट असि इस चैनल से 150 वीडियो करती है ना, 150 तो प्लस ही वीडियो करती है, पुराने चैनल का मतलब लोग के 250 तो वीडियो बनी गई होगी हुण तक दी साडी। बहुत आ रही ने स्क्रिप्टिंग शुरू कर दी है प्रोपर, थोड़ी जी वधिया भी हो सकती है। बाकी चलो मिलते हैं नेक्स्ट ब्लॉग, थैंक यू।